ਜਿਤਨੇ ਵੀ ਸਾਹਿਬਾਨ ਆਏ ਹੋ ਤੁਸੀਂ ਨਜ਼ਰ ਖੇਰ ਕਿ ਇੱਕ ਫਕੀਰ ਨੇ ਦਵਾਰੇ ਤੇ ਆਏ ਹੋ ਤੇ ਕਿਸ ਤਰ੍ਹਾਂ ਆਏ ਹੋ ਤੇ ਕਿੱਥੇ ਆਏ ਹੋ ਜਨਾਬ ਫਰਮਾਨੇ ਤਾਂ ਆਣੇ ਆਉਣ ਵਾਲੇ ਹੋ
ਸੰਗਤ ਸੈਲੀ ਪਿਆਰ ਮੁਹੱਬਤ ਆਪਣੀ ਜਾਈ ਫੈਸਲੇ ਸ਼ਿਰਫਾਣੀ ਆਪਣੀ ਜਾਈ ਪ੍ਰਤੋਗੀ ਸਾਹਿਬ ਕੋਈ ਐਸੀ ਗੱਲ ਨਹੀਂ ਇਨਸ਼ਾਅੱਲਾ ਕੋਸ਼ਿਸ਼ ਕਰ ਸਕਾਂ ਕਿ ਸਰ ਕੋਈ ਨਾ ਛੋੜਾ ਤੇ ਸ਼ੌਕ ਥੋੜਾ ਪੂਰਾ ਕਰੀ ਜਾਈਏ ਲਿਖਣ ਵਾਲੇ ਲਿਖਣਾ ਹੈ ਤੁਸੀਂ ਆਏ ਜਨਾਬ ਸਾਰੀ ਅੱਖੀਆਂ ਤੁਸੀਂ ਆਏ ਜਨਾਬ ਸਰ ਅੱਖੀਆਂ ਤੇ ਤੁਸਾਂ ਬੋਲੇ ਮੈਂ ਬੋਲ ਸਾਂ ਦਿਸੇ ਮਿਲਾ
ਰਲ ਮਿਲ
ਕਾਲਿਆ ਮੀਆਂ ਸਾਹਿਬ ਨੇ ਬੜਾ ਪਿਆਰਾ ਮਿਸਰਾ ਸੀ ਕਿ ਰਹਿਮਤ ਦਾ ਦਰਿਆ ਹੈ ਲਾਈ ਹਰ ਕੰਮ ਵਗਦਾ ਤੇਰਾ ਜੇ ਕਤਰਾ ਬਖਸ਼ੇ ਮੈਨੂੰ ਹੁਕਮ ਬਣ ਜਾਣਾ ਮੇਰਾ ਮੇਰੇ ਮੁਰਸ਼ਦ ਪਾਕ ਸਾਈਂ ਫਿਆਲ ਵਿਰਾਰ ਸਰਕਾਰ ਨਾਲ ਬੜੀ ਪਿਆਰਿਆ ਫਿਆਲ ਆਪ ਸਰਕਾਰ ਲਿਖਣਾ ਇੱਕ ਵੱਲ ਦੁੱਖ ਦੈਂਦਾ ਤਾਂ ਇੱਕ ਵੱਲ ਸੁੱਖ ਦੈਂਦਾ ਇੱਕ ਵੱਲ ਦੁੱਖ ਦੈਂਦਾ ਇੱਕ ਵੱਲ ਸੁੱਖ ਦੈਂਦਾ ਜਿਤਨੇ ਵੀ ਤੁਸੀਂ ਸਾਹਿਬਾਨ ਆਏ ਹੋ ਨੌਜਵਾਨ ਹੈ ਹੋ ਬਜ਼ੁਰਗ ਹੋ ਜਿਤਨੇ ਵੀ ਦੋਸਤ ਹੋ ਭਾਈ ਕਾਲਾ ਔਰ ਨੌਗਰਾ ਕਹੋ ਕਿ ਉਹਦੇ ਉੱਤੇ ਸ਼ਰੀਫ ਆਫਰ ਹੋਏ ਅੱਲਾਹ ਪਾਕ ਨੂੰ ਕਿਸੇ ਸ਼ਰਮ ਦੀ ਅਤਾ ਫਰਮਾ ਸਾਰੇ ਇੱਕ ਫਕੀਰ ਨੇ ਮਹਿਮਾਨ ਹੋ ਯਾਦ ਰੱਖਿਆ ਮਹਿਮਾਨ ਮਹਿਮਾਨ ਹੋਣਾ ਮੇਜ਼ਬਾਨ ਮੇਜ਼ਬਾਨ ਹੋਣਾ ਅੱਜ ਤੁਸਾਂ ਦਾ ਮੇਜ਼ਬਾਨ ਕੋਈ ਆਮ ਸ਼ਖਸੀਅਤ ਨਹੀਂ ਇਕੱਲਾ ਨਾ ਖਾਸ ਬੰਦਾ ਹੈ ਜਿਸਨੇ ਤੁਸਾਂ ਮਹਿਮਾਨ ਬਣੇ ਹੋ ਅਨਵਰ ਫਿਰਾਕ ਕੁਰੈਸ਼ੀ ਸਾਹਿਬ ਸਰਕਾਰ ਲਿਖਿਆ ਸੀ ਕਿ ਦੁਨੀਆਂ ਜਿਹੜੀ ਹੈ ਨਾ ਜਿਸ ਤਰ੍ਹਾਂ ਕਿ ਇੱਕ ਹਦੀਸੇ ਪਾ ਗਿਆ ਉਸਦਾ ਮਫਹੂਮ ਇਹ ਹੈ ਕਿ ਦੁਨੀਆ ਮੋਮਨ ਨੇ ਵਾਸਤੇ ਕੈਦ ਖਾਨਾ ਹੈ ਔਰ ਕਾਫਰ ਨੇ ਵਾਸਤੇ ਜੰਨਤ ਹੈ ਦੁਨੀਆ ਇਸ ਹਦੀਸੇ ਪਾਕ ਦੀ ਤਰਜਮਾਨੀ ਕਰਨੇ ਹੋ ਫਿਰਾਕ ਸਰਕਾਰ ਫਰਮਾਇਆ ਸੀ ਕਿ ਕਾਰਨ ਮੋਮਨਾਂ ਦੀ ਅਸਤੀ ਕੈਦ ਖਾਨਾ ਕੈਸਾ ਕਹਿ ਦਿਖਾਉਣਾ ਕਿ ਜਿੱਥੇ ਉਡੀਕ ਗਮ ਦੀ ਸੁਬਹ ਸ਼ਾਮ ਚਾਹੀਏ ਤੂੰ ਆਕਾ ਮੈਂ ਬੰਦਾ ਅਕੀਨ ਸੀ ਨਾਲ ਨਫਰਾਂ ਦੇ ਨਰਮ ਕਲਮ ਚਾਹੀਏ ਤੇ ਮਹਿਮਾਨ ਨਾਲ ਚਾਹੀਏ ਵਰਤਾਰਾ ਅੱਛਾ ਕਦੇ ਤੁਸਾਂ ਸਾਰਿਆਂ ਨੇ ਕਰ ਜਾਂ ਸਾਰੇ ਘਰ ਕੋ ਮਹਿਮਾਨ ਆ ਜਾਏ ਦੂਸਰੇ ਨਾਲ ਬੜਾ ਅੱਛਾ ਵਰਤਾਓ ਕਰਨੇ ਆ ਇਸ ਚੀਜ਼ ਦੀ ਮੱਦੇਨਜ਼ਰ ਰੱਖਿਆ ਕਿ ਤੁਸਾਂ ਮਹਿਮਾਨ ਕਿਸ ਰਹੇ ਹੋ
ਮਹਿਮਾਨ ਨਾਲ ਜਾਈਏ ਵਰਤਾਰਾ ਛਾ ਕਰ ਆਏ ਨਾ ਕੁਝ ਇਹ ਤਰਾਮ ਚਾਹੀਏ ਵਕਤ ਨਿਜ਼ਾ ਮੈਂ ਸਾਫ ਫਰਾ ਕੈਸਾ ਹੂੰ ਕੱਟ ਲਈ ਸਜ਼ਾ ਹੁਣ ਜੰਨਤ ਇਨਾਮ ਚਾਹੀਏ ਤੇ ਤੁਸਾਂ ਮਹਿਮਾਨ ਹੋ ਅੱਜ ਇੱਕ ਅੱਲਾ ਨੇ ਖਾਸ ਬੰਦੇ ਨੇ ਤੁਸਾਂ ਨੇ ਮੇਰੀ ਜ਼ਬਾਨ ਕੋਈ ਆਮ ਆਮ ਮੇਰੇ ਜਿਹਾ ਕੋਈ ਗੰਦਾ ਬੰਦਾ ਇਨਸਾਨ ਨਹੀਂ ਗੁਨਾਹਗਾਰ ਬੰਦਾ ਨਹੀਂ ਕੋਈ ਉਹ ਸ਼ਖਸ ਨੇ ਮਹਿਮਾਨ ਹੋ ਜਿਹੜਾ ਸ਼ਖਸ ਅੱਲਾ ਨਾਲ ਰਾਬਤੇ ਵਿੱਚ ਬੜਾ ਖੂਬਸੂਰਤ ਖਿਆਲ ਰਹਿ ਸਾਹਿਬ ਜੀ ਤੁਸੀਂ ਦੱਸਿਆ ਅੱਗੇ ਬੜੇ ਭਜਾਨ ਹੋਰਾਂ ਵੀ ਤੁਸੀਂ ਦੱਸਿਆ ਕਿ ਇਹ ਜਿਹੜਾ ਦੋਸਤਾਂ ਦਾ ਮਾਹੌਲ ਆਫ ਸਾਹਿਬ ਤੁਸਾਂ ਨਾਲ ਰਾਜੇ ਰਾਣਾ ਇਹ ਕਲਰ ਤੱਕ ਮਹਦੂਦ ਰਵੇ ਹਰ ਤੱਕ ਇੱਥੇ ਤੁਸਾਂ ਸਾਡੇ ਭਾਈ ਜਨਾਬ ਜ਼ਾਹਿਦ ਪਰਵੇਜ਼ ਸਾਹਿਬ ਕਲਰ ਸੈਦਾ ਡਿਜੀਟਲ ਮੀਡੀਆ ਸਰਵਿਸ ਇਸ ਪੇਜ ਉੱਪਰ ਇਸ ਚੈਨਲ ਉੱਪਰ ਚੱਲਣੀ ਵੀ ਦੇਸ ਪ੍ਰਦੇਸ ਵਿੱਚ ਜਿਤਨੇ ਵੀ ਸਾਥੀ ਤੱਕਣੇ ਵੀ ਅਸਾਂ ਉਹਨਾਂ ਕੇ ਮੋਸ਼ ਵੈਲਕਮ ਆਖਣੀ ਕਿ ਸਾਡੀ ਮਹਿਫਿਲ ਨਾ ਹੋਈ ਸਭ ਬਣੇ ਮਲਕ ਬਸ਼ੀਰ ਜ਼ਖਮੀ ਸਾਹਿਬ ਸਰਕਾਰ ਨਾਲ ਬੜਾ ਖੂਬਸੂਰਤ ਖਿਆਲ ਇਹ ਜਿਤਨੀਆਂ ਆਤਾਵਾਂ ਆਈਆਂ ਇਹ ਸਾਰੀਆਂ ਉਸ ਮੇਰੇ ਰੱਬੇ ਕਰੀਮ ਦੀਆਂ ਕਿਸ ਤਰ੍ਹਾਂ ਉਹਨਾਂ ਚ ਚੰਦ ਇੱਕ ਮਖਸੂਸ ਮੈਂ ਤੁਸਾਂ ਨੂੰ ਨਜ਼ਰ ਕਰਨ ਲੱਗਾ ਆਣਾ ਮੇਲੀਆ ਜ਼ਿੰਦਗੀ ਮੌਤ ਬੇਲੀਓ ਰਿਸਕ ਰੋਜ਼ੀ ਇਤਰਾ ਚੀਜ਼ਾਂ ਇਹ ਸਿਰਫ ਅੱਲਾ ਨੇ ਅਖਤਿਆਰ ਦਿੱਤੀਆਂ ਇਸ ਤੋਂ ਇਲਾਵਾ ਵੀ ਦੋ ਹੋ ਰਹੀਆਂ ਇੱਜ਼ਤ ਔਰ ਜ਼ਿਲਤ ਨਾ ਕੋਈ ਕਿਸੇ ਦੀ ਬੇਇੱਜ਼ਤ ਕਰ ਸਕਣਾ ਹੈ ਨਾ ਕਿਸੇ ਦੀ ਕੋਈ ਇੱਜ਼ਤ ਦੇ ਸਕਣਾ ਹੈ ਦੁਨੀਆਂ ਵਿੱਚ ਜ਼ਿੰਦਗੀ ਨੇ ਜਿਸ ਵੀ ਹਿੱਸੇ ਵਿੱਚ ਕਦੇ ਇੱਜ਼ਤ ਤੁਸੀਂ ਪਾਮਾਲ ਹੋ ਜਾਏ ਜਾਂ ਇੱਜ਼ਤ ਬਣ ਜਾਏ ਤਾਂ ਸਮਝੋ ਅੱਲਾ ਨਾ ਅੱਲਾ ਨੇ ਅਮਲ ਨਾਲ ਹੋਇਆ ਉਸਕੀ ਕਿਸੇ ਬੰਦੇ ਨਾ ਕਮਾਲ ਨਾ ਸਮਝਿਆ ਹੈ ਕਿ ਕੋਈ ਬੰਦਾ ਤੁਸਾਂ ਕੀ ਇੱਜ਼ਤ ਦੇਣਾ ਪਿਆ ਜਾਂ ਬੰਦਾ ਤੁਸਾਂ ਕੀ ਜ਼ਲੀਲ ਕਰਨਾ ਪਿਆ ਇਸ ਵਾਸਤੇ ਕਿ ਬਤੋ ਇਸ ਮਨ ਦੇ ਸ਼ਾਹ ਹੁਆ ਤੇ ਜ਼ਿਲੋ ਮਨ ਦੇ ਸ਼ਾਹ ਇਸੇ ਤਰ੍ਹਾਂ ਜ਼ਿੰਦਗੀ ਮੌਤ ਔਰ ਰਿਜ਼ਕ ਇਸ ਤਰ੍ਹਾਂ ਚੀਜ਼ਾਂ ਵੀ ਅੱਲਾ ਨੇ ਇਖਤਿਆਰ ਦਿੱਤੀਆਂ ਬਰੂਏ ਕੁਰਾਨ ਸਰਕਾਰ ਦੱਸਣੇ ਤਾਂ ਆਣੇ ਜ਼ਿੰਦਗੀ ਮੌਤ ਬੇਲੀ ਔਰ ਰਿਜ਼ਕ ਰੋਜ਼ੀ ਹੱਥੋਂ
ਮਾਲਕਾ ਹਰ ਚੀਜ਼ ਦਾ ਵਾਰਸ ਆ, ਕੁੱਲ ਕਾਇਨਾਤ ਦਾ ਵਾਰਸ ਆ। ਉਹ ਦੁੱਖ ਦੈ, ਸੁੱਖ ਦੈ, ਖੁਸ਼ੀ ਦੈ, ਗਮ ਦੈ, ਉਸ ਦਾ ਆਪਣਾ ਪ੍ਰਚਾਰ ਤੇ ਸਾਰੇ ਬੜਾ ਪਿਆਰਾ ਖਿਆਲ ਲਿਖਣ ਵਾਲੇ ਲਿਖਣੇ ਮੇਰੇ ਮਾਲਕਾ ਸਦਕੇ ਜਾਵਾ ਮੈਂ ਤੇਰੀ ਤਖਲੀਕ ਉੱਤੋਂ ਸਦਕੇ ਜਾਵਾ ਓ ਮੈਂ ਤੇਰੀ ਤਖਲੀਕ ਉੱਤੋਂ ਕੈਸੇ ਕੈਸੇ ਤੁਰੰਤ ਦਖੇ ਮੌਲਾ ਕੋਈ ਟੋਕਰੀ ਹੈਠ ਕੋਈ ਹੈਠ ਪੱਖਿਆ ਘੁੰਮ ਘੁੰਮਾ ਕੋਏ ਨਸੀਬ ਬਣਾਏ ਮੌਲਾ ਤਾਂ ਕਿਧਰੇ ਵਸਦੇ ਉਹ ਗੁਲਸ਼ਨ ਵੀਰਾਨ ਕਰਕੇ ਉਹ ਸਦਰ ਪੱਥਰੋ ਉਸਨੂੰ ਤਾਂ ਕਰਜ਼ਾ ਮਿਲਿਆ ਤਾਂ ਮੂਸਾ ਨੂੰ ਕੋਤੂ ਨੂੰ
ਲਿਖਣੇ ਬਜ਼ੁਰਗ ਸ਼ਾਇਰ ਬਾਬਾ ਮਿਰਜ਼ਾ ਸ਼ੇਰ ਜ਼ਮਾਨ ਸਰਕਾਰ ਮਰਹੂਮ ਨਾ, ਬੜਾ ਪਿਆਰਾ ਖਿਆਲ ਸਰਕਾਰ ਨੇ ਮੇਰੇ ਬੇਲੀਓ ਜਦੋਂ ਕੁਝ ਨਹੀਂ ਸੀ ਤੇ ਅਦੂ ਰੱਬ ਐਸੀ ਜਦੋਂ ਕੁਝ ਨਹੀਂ ਸੀ ਅਦੂ ਰੱਬ ਐਸੀ ਬਾਦ ਹੋਏ ਰੱਬ ਇੱਕ ਨਵੀਂ ਜ਼ਾਤ ਆਈ ਪੂਰੀ ਕਾਇਨਾਤ ਦੇ ਅੰਦਰ ਜ਼ਮੀਨੋ ਆਸਮਾਨ ਦੇ ਅੰਦਰ ਉਹ ਪਹਿਲੂ ਹੈ ਜਿਸ ਪਹਿਲੂ ਵਿੱਚ ਨਾਥ ਜਿਸ ਮਹਿਫਿਲ ਦੇ ਅੰਦਰ ਨਾਥ ਪੇਸ਼ ਕੀਤੀ ਜਾਏ ਉਸ ਮਹਿਫਿਲ ਦੇ ਅੰਦਰ ਮਲਾਇਕਾ ਆਸ਼ਨਾ ਸ਼ੁਰੂ ਹੋ ਜਾਣੀ, ਜਿਸਲੇ ਮਲਾਇਕਾ ਆਸ਼ਨਾ ਸ਼ੁਰੂ ਹੋ ਜਾਣੀ ਨਾ ਉਹ ਆਪਣੀ ਰਹਿਮਤ ਨਾਲ ਸਾਇਆ ਕਰੀ ਉਹਨੇ ਉਸ ਪੂਰੀ ਮਹਿਫਿਲ ਤੇ। ਕੋਸ਼ਿਸ਼ ਕਰ ਸੋ ਤੁਸਾਂ ਕਲਮਾ ਪਾ ਕੇ ਮੰਨਾ ਉਹ ਅੱਗੇ ਆ ਰਿਹਾ ਤੇ ਜਿਹੜਾ ਨਹੀਂ ਮੰਨਾ ਭਾਵੇਂ ਪਿੱਛੇ ਬੈਠਾ ਰਿਹਾ ਮਾਣਾ ਦੋਰ ਕੋਈ ਬਜ਼ੁਰਗਾਂ ਨੇ ਅੰਦਰ ਖੈਰੋ ਆਫੀਅਤ ਫਰਮਾ ਆਪਣੀ ਰਹਿਮਤ ਔਰ ਬਰਕਤ ਨਸਾਇਆ ਤੁਸੀਂ ਅਦਾ ਫਰਮਾ। ਟਾਈਮ ਇਕਬਾਲ ਮਰਦ ਕਲੰਦਰ ਗੁਜਰਾਤੀ ਰਹਿਮਤ ਉੱਲਾਹ ਅਲੈਹ ਸਰਕਾਰ ਫਰਮਾਣੇ ਤਾਂ ਹਣੇ ਕਹੀਏ ਹਮ ਦੋ ਸਨਾ ਯਾ ਨਾਤ ਕਹੀਏ
ਕਲੰਦਰ ਸਰਕਾਰ ਨੇ ਬੜਾ ਪਿਆਰਾ ਸ਼ੇਰ ਆਪਣੇ ਨਾਸਰ ਸਾਹਿਬ ਸੁਣੇ ਸਾਹਮਣੇ ਗੁਰ ਗੁਜ਼ਾਰ ਕੀਤਾ ਮੇਰੇ ਭਾਈ ਚੌਧਰੀ ਸ਼ਾਹ ਸਾਹਿਬ ਸਾਹਿਬ ਔਰ ਆਬਦ ਕਿਆਣੀ ਸਾਹਿਬ ਔਰ ਮੇਰੇ ਸ਼ਾਗਿਰ ਮਿਰਜ਼ਾ ਵਿਕਾਸ ਸਾਹਿਬ ਜਿਹੜੇ ਬਟਾਲਾ ਤੋਂ ਆਏ ਘੋਟੇ ਤੋਂ ਔਰ ਭਾਈ ਜਸਕਾਰ ਉਸ ਕਾਲਾ ਇਹ ਘੋਟੇ ਤੋਂ ਆਏ ਬੜਾ ਪਿਆਰਾ ਖਿਆਲ ਆ ਹਾਫਿਜ਼ ਸਾਹਿਬ ਦੱਸ ਰਹੇ ਕਿ ਨਬੀ ਤੇ 1,24,000 ਪੈਗੰਬਰ ਆਏ ਲੇਕਿਨ ਜਿਸ ਤਰ੍ਹਾਂ ਸਾਡੇ ਨਬੀ ਦੀ ਆਮਦ ਹੋਈ ਇਹ ਜਿਹਾ ਨਬੀ ਕੋਈ ਆਇਆ ਜਾਂ ਅਸੀਂ ਕੇਵਲ ਵੀ ਨਬੀ ਹੈ ਆਖਰ ਜ਼ਮਾਨ ਨਬੀ ਹੈ ਸਰਕਾਰ ਦੱਸ ਰਿਹਾ ਇੱਕ ਲੀਡ ਗੜਬੜ ਕਰੀ ਰੁਕੋ ਨਹੀਂ ਆ ਦੱਸਣੀ ਚਾਹੀਦਾ ਸੀ ਅਸਲ ਹਾਫਿਜ਼ ਮੁਹੰਮਦ ਹੁਸੈਨ ਹਾਫਿਜ਼ ਸਾਹਿਬ ਗੁਰੂ ਸ਼ਾਹ ਤਾਰੀ ਕਰਨ ਆਏ ਦੱਸੋ ਕੋਈ ਜ਼ਮਾਨੇ ਵਿੱਚ ਨਬੀ ਐਸਾ ਦੱਸੋ ਕੋਈ ਜ਼ਮਾਨੇ ਵਿੱਚ ਨਬੀ ਐਸਾ ਸਾਡੇ ਨਬੀ ਜੈਸਾ ਜਿਹੜਾ ਆਇਆ ਹੋਵੇ Thank you.
ਮੇਰੇ
ਕਿਹੜੀ ਸਾਹਿਬ 1,24,000 ਵਿੱਚੋਂ ਕਮਲੀ ਵਾਲਾ ਹੈ ਸਿਰਫ ਦਿਲਦਾਰ ਰੱਬ ਦਾ ਉਸਦੀ ਨਾਚ ਲਈ ਹੋਇਆ ਕੁਰਾਨ ਨਾਜ਼ਲ ਤਾਂ ਮਦਨੀ ਮਾਈ ਨਾਲ ਕਿਹੜਾ ਇਤਿਆਰ ਰੱਬ ਦਾ ਫਿਰ ਉਸਦਾ ਬੋਲਣਾ ਉਹ ਰੱਬ ਦਾ ਬੋਲਣਾ ਏ ਉਸਦਾ ਬੋਲਣਾ ਰੱਬ ਦਾ ਬੋਲਣਾ ਏ ਉਸਦਾ ਵੇਖਣਾ ਐਨ ਦੀਦਾਰ ਰੱਬ ਦਾ ਆਪਣੇ ਨੂਰ ਤੇ
ਸ਼ਰੀਫ ਤੋਂ ਬਾਅਦ ਨਾਥ ਸ਼ਰੀਫ ਦੇ ਜ਼ਿਮਨ ਨੇ ਅੰਦਰ ਦੀ ਅਗਰ ਇਜਾਜ਼ਤ ਹੈ ਮਹਿਫਲ ਦਾ ਹਿੱਸਾ ਹੈ ਤਾਂ ਰੌਣਕ ਵੀ ਹੈ, ਥੋੜੀ ਜ਼ੀਨਤ ਵੀ ਬਣ ਜਾਣੀ, ਮਹਿਫਲ ਦੀ ਪਜ਼ੀਰਾਈ ਹੋ ਜਾਣੀ। ਇਹ ਜਿਹੜੀ ਜ਼ਾਹਿਰੀ ਦਾਤ ਹੈ ਨਾ, ਇਹ ਕੁਝ ਵੀ ਨਹੀਂ। ਇਹ ਜਿਹੜੀ ਦਾਤ ਹੈ ਨਾ, ਇਹ ਲੱਖਾਂ ਅਰਬਾਂ ਵਿੱਚ ਵੀ ਨਹੀਂ ਲੱਭਣੀ, ਕਰੋੜਾਂ 'ਚ ਵੀ ਨਹੀਂ ਲੱਭਣੀ। ਕਿ ਦੋਸਤਾਂ ਨੇ ਜ਼ੌਕ ਸਮਾਸ ਨਾ ਜਲਾਉਣਾ, ਇਹ ਜ਼ੌਕ ਬੜੀ ਚੀਜ਼ ਹੈ। ਬਾਕੀ ਇਹ ਦੌਲਤ ਬੇਭਾਅ ਕਮਾਈ ਹੈ, ਸਭ ਬੇਭਾਅ ਕਮਾਉਣੇ ਰਹਿ ਸਕਦਾ, ਲੇਕਿਨ ਇਹ ਮੁਹੱਬਤਾਂ ਕਿਸੇ ਕਿਸੇ ਜਗ੍ਹਾ ਮੁਯਸਰ ਰਚਣੀਆਂ, ਉੱਥੇ ਕੁਛ ਸੁਣਾਉਣੇ ਨਾ ਦਿਲ ਕਰਨਾ ਹੋਣਾ। ਸੱਚੀ ਬਾਤ ਹੈ ਯਾ ਪੀਰ ਅਰਬੀ ਸ਼ਾਹ ਕਲੰਦਰ ਸਰਕਾਰ ਨੇ ਦੁਆਰੇ ਤੇ ਅਸਾਂ 3-4 ਸਾਲ ਲਗਾਤਾਰ ਸਟਿਲ, ਯਾਨੀ ਇੱਕੋ ਵਕਤ ਵੀ ਸੀ ਕਿ ਬੜੀ ਗੁਰਮਤ ਨਾਲ ਦੌਰ ਸੀ, ਬੜੀ ਸਾਦਗੀ ਨਾਲ ਵੀ ਦੌਰ ਸੀ ਕਿ ਸਰਕਾਰ ਨੇ ਦਰਬਾਰ ਤੇ ਅਸਾਂ ਹਰ 11ਵੀਂ ਸ਼ਰੀਫ ਤੇ ਭਾਈ ਭੋਲਾ ਜੀ ਚਾਹ ਪੀ ਰਹੇ ਹਾਂ। ਬਿਸਮਿਲਾ, ਤੁਸੀਂ ਥੋੜ੍ਹਾ ਜਿਹਾ ਹੁਣ ਇੱਥੇ ਰੱਖੀ ਹੋ, ਜਿਹਨਾਂ ਪੀੜੀ ਹੋਈ ਪੀ ਕੇ ਸੁਣ। ਰਾਤੀ ਮਹਿਫਲ ਪਾਕ ਪੜ ਕੇ ਪੈਦਲ ਕਲਰ ਵੀ ਆਇਆ, ਤਾਂ ਅੱਜ ਕੱਲ੍ਹ ਕੋਈ ਲੋਕ ਜਾਣੇ ਇਸ ਤਰ੍ਹਾਂ ਦਾ ਸਫ਼ਰ ਕੋਈ ਨਹੀਂ ਹੋਇਆ। ਤੇ ਯਾਰ ਇਸ ਏਰੀਏ ਦੇ ਅੰਦਰ ਕਮ ਅਜ਼ ਕਮ 100-150 ਮਹਿਫਲ ਮੈਂ ਬੜੀ ਸੈਂਕੜੇ ਤੋਂ ਉੱਪਰ ਉੱਪਰ ਬੜੀ, ਯਾਨੀ ਹਰ 8-10 ਲੈਣਾ ਪ੍ਰੋਗਰਾਮ ਪਾਉਣਾ ਸੀ। ਇਹ ਮੁਹੱਬਤਾਂ ਉਸਲੇ ਵੀ ਮੁਜੱਸਰ ਸੀਗੀਆਂ ਜਿਹੜੀਆਂ ਆ ਗਈਆਂ। ਬੜੀ ਮੁਦਤ ਦੀ ਗੱਲ ਹੈ, ਜਿਸਲੇ ਮੈਂ 7ਵੀਂ-8ਵੀਂ ਪੜ੍ਹਨਾ ਸਾਂ, ਸਰਕਾਰ ਫਰਮਾਨੇ ਦਾ ਹਣੇ ਇਤਨੇ ਬੜੇ ਪਾਇਲ ਮਲੀ ਕਾਮਿਲ ਜਿਹੜਾ ਬਾਰਗਾ ਰਸਾਲਤ ਦੀ ਕੁਝ ਤਹਿਰੀਰ ਕਰਨ ਲੱਗੇ ਨਾ, ਤੇ ਸਰਕਾਰ ਆਜਿਜ਼ੀ ਔਰ ਮਾਜ਼ੂਰੀ ਨਾਲ ਇਜ਼ਹਾਰ ਕੀਤਾ ਕਾਸਰ ਗਏ ਅਣ ਯਾ ਰਸੂਲ ਅੱਲਾਹ, ਕਹਿੰਦਾ ਮੈਂ ਆਪਣੀ ਜ਼ੁਬਾਨ ਗੁਲਾਬ ਨੇ ਇੱਤਰ ਨਾਲ ਲੱਖ ਲੱਖ ਵਾਰ ਵੀ ਕਦੇ ਧੋਣਾ ਤੇ ਇੱਕ ਵਾਰ ਵੀ ਇਸ ਕਾਬਲ ਨਹੀਂ ਹੋ ਸਕਣੀ ਕਿ ਮੈਂ ਮੁਹੰਮਦ ਨਾਮ ਨਾਲ ਮੀਮ ਵੀ ਅਦਾ ਕਰ ਸਕਾਂ। ਸਰਕਾਰ ਫਰਮਾਨੇ ਦਾ ਹਣੇ ਕਲਿਆਣੀ ਦਾ ਵਰਤਾਨਾ।
ਇੱਕ ਦੋ ਮਿਸਰੇ ਬਤੌਰੇ ਹਾਜ਼ਰੀ ਮੀਆਂ ਸਾਹਿਬ ਸਰਕਾਰ ਨੇ ਕਿਸੇ ਹੋਰ ਤਰ੍ਹਾਂ ਤੋਂ ਅਦਾਇਗੀ ਦੇ ਬੜੀ ਦੇਰ ਤੋਂ ਮੈਮਰੀ ਬੜੀ ਹੁਣ ਥੋੜ੍ਹੀ ਜਿਹੀ ਪੁਰਾਣੀ ਵੀ ਹੈਗੀ, ਉਮਰ ਵੀ 50 ਸਾਲ ਹੋਈ ਜੀ। ਕਾਸਿਮ ਮੱਠ ਸਾਹਿਬ ਨੇ ਕਾਸਿਮ ਨਾ ਯਾਦ ਕਰਨ ਬੜਾ ਟਾਈਮ ਲਈ ਹੈ, ਬੜੀ ਦੇਰ ਤੋਂ ਮੈਂ ਯਾਦ ਕਰਦਾ ਪਿਆ ਕਿਉਂਕਿ ਇਹ ਬਹੁਤ ਛੋਟੇ ਸੇ ਜਿਸਲੇ ਕਿਸੇ ਮਾਮਲੇ ਵਿੱਚ ਇਹਨਾਂ ਨੇ ਵਾਲਦ ਸਾਹਿਬ ਨਾਲ ਸਾਡੀ ਵਾਪਸਤਗੀ ਹੋਈ। ਬੜਾ ਖੂਬਸੂਰਤ ਉਹ ਵਕਤ ਸਾਹਿਬ ਮੀਆਂ ਸਾਹਿਬ ਸਰਕਾਰ ਬੜੇ ਪਿਆਰੇ ਅੰਦਾਜ਼ ਨਾਲ ਸਰਕਾਰ ਫਰਮਾਣੀ ਦੇ ਦੱਸਣੇ
ਜਿਨ੍ਹਾਂ ਦੇ ਵੱਲ ਰਹਿਣ ਆਜ਼ਾਦ ਤੇ ਉਹਨਾਂ ਦਾ ਸਾਇਆ ਹਮੇਸ਼ਾ ਉਹਨਾਂ ਦੇ ਸਿਰਾਂ ਉੱਪਰ ਕਾਇਮ ਲੈਮ ਰੱਖਣ ਤੇ ਜਿਨ੍ਹਾਂ ਨੇ ਗੁਜ਼ਰ ਗਏ ਨਾ ਪਤਾ ਉਸੇ ਲਈ ਲੱਗਣਾ ਜਿਸ ਦਾ ਗੁਜ਼ਰ ਜਾਣ ਜਿਹਨਾਂ ਨੌਜਵਾਨ ਤਬਕਾ ਹੈ ਨਾ ਕਿੱਦਾਂ ਅੱਗੇ ਮੇਰੀ ਗੁਜ਼ਾਰਿਸ਼ ਹੈ ਜਿਹਨਾਂ ਜਿਹਨਾਂ ਨਾਲ ਜਿਹਨਾਂ ਕੀ ਮੌਕਾ ਮਿਲਿਆ ਔਰ ਜਿਹਨਾਂ ਕੀ ਵਾਲਦੈਨ ਮਿਲੇ ਆਪਣੇ ਆਪਣੇ ਵਾਲਦੈਨ ਦੀ ਖਿਦਮਤ ਕਰਿਆ ਕਰੋ ਜਿਸ ਦਾ ਦੁਨੀਆ ਤੋਂ ਚਲੇ ਜਾਣਾ ਬੜੀ ਖਾਹਿਸ਼ ਹੋਣੀ ਕਿ ਕਾਸ਼ ਕਦੇ ਅੱਜ ਸਾਡੇ ਮਾਂ ਬਾਪ ਜ਼ਿੰਦਾ ਹੋਣੇ ਤਾਂ ਸਾਨੂੰ ਦੀ ਖਿਦਮਤ ਕਰਾਉਣ ਫਿਰ ਮੌਕਾ ਨਹੀਂ ਮਿਲਦਾ ਅਗਰ ਕਿਸੇ ਜੰਨਤ ਖਰੀਦਣੀ ਜਨਤ ਖਰੀਦਣੇ ਨਾ ਟਾਈਮ ਕਿੱਥੇ ਖਰੀਦੀ ਕਿ ਲੋਕ ਸਰਕਾਰ ਫਰਮਾਏ ਤਾਂ ਹਣੇ ਲਿਖਣਾ
ਪਤਾ ਨਹੀਂ ਹਵਾ ਲਗੀ ਕੁਛ ਕੀ ਹੈ, ਇਹ ਫੈਸਲਾ ਨਹੀਂ ਹੋਈ ਸਕਿਆ, ਪਤਾ ਨਹੀਂ ਹੈ ਆਫਸ ਰੱਖੀ ਲੱਗੀ ਗੁਜਰਾਣੀ ਗੁਸਾ ਲਾਟੀ ਸੀ ਨਾ ਜਣਾ ਬੋਲਿਆ ਤੇ ਸਾਗਰ ਗੱਲ ਸੁਣ ਮੈਂ ਜੇ ਕਦੇ ਅੱਜ ਇਹ ਕੰਮ ਦਾ ਨਾ ਹੋਇਆ ਤਾਂ ਮੈਂ ਉਸੇ ਕਹਿ ਕਹਿ ਫਿਰ ਬਾਈਨਾ ਉਸੇ ਫਿਰ ਮੈਂ ਹੀ ਬਣੇ ਹੈ ਬਈ ਆਮਦ ਵੀ ਨਹੀਂ ਅੱਗੇ ਪੜੀ ਨਾ ਸ਼੍ਰੀ ਵੀ ਨਹੀਂ ਅੱਗੇ ਪੜੀ ਇਹ ਹੁਣ ਤੀਸਰਾ ਸਬਜੈਕਟ ਆ ਇਹ ਵੀ ਨਹੀਂ ਅੱਗੇ ਮੈਂ ਤਾਂ ਪਤਾ ਮੈਂ ਬਾਅਦ ਫਿਰ ਨਹੀਂ ਲੱਗਣੀ ਨਾ ਇਹਨਾਂ ਕਿਤੇ ਘੋੜੇ ਲੱਗੀ ਬੜੇ ਬੁਰਾਏ ਮਾੜੇ ਇੰਤਹਾਈ ਕਾਬਲੇ ਇਤਰਾਮ ਹੈ ਇੱਕ ਮਹਿਫਲ ਨਹੀਂ ਕਦੇ ਸਾਰੀ ਜ਼ਿੰਦਗੀ ਮੈਂ ਮਹਿਫਲਾਂ ਕਰਾਉਣਾ ਤੇ ਇਹ ਕਈ ਤੁਰਨ ਤੱਕ ਮੈਂ ਪਿੱਛਾ ਹੀ ਤੁਰਨਾ ਇਹਨਾਂ ਨੇ ਸੋਹਣਾ ਲੱਗਣਾ ਇਸ ਵਾਸਤੇ ਕਿ ਮੈਂ ਇਹਨਾਂ ਕੋਲੋਂ ਬਈ ਤੇ ਸਿੱਖਣਾ ਰਿਹਾ ਕੁਝ ਨਾ ਕੁਝ ਅੱਜ ਵੀ ਕੁਝ ਨਾ ਕੁਝ ਆਪਣੇ ਸੁਪਨਿਆਂ ਕੋਲੋਂ ਅਸਾਂ ਸਿੱਖਣੇ ਹੀ ਆ ਬੜਾ ਖੂਬਸੂਰਤ ਸਿਰ ਪੇਸ਼ ਕੀਤਾ ਨੇ ਕਿ ਤੇਰੀ ਤਾਂ ਮੇਰੀ ਸੀ ਖੂਬ ਨਿਭਦੀ ਇਹ ਗੱਲ ਨਹੀਂ ਸੀ ਕਿ ਤੇਰੀ ਤਾਂ ਮੇਰੀ ਸੀ ਖੂਬ ਨਿਭਦੀ ਜੇ ਨਾ ਤੀਸਰਾ ਕੋਈ ਦਰਮਿਆਨ ਆਉਂਦਾ ਇਹ ਗੱਲ ਨਹੀਂ ਸੀ ਅਸਲ ਗੱਲ ਤੇਰੀ ਦੇ ਆਦਮ ਲਈ ਮੁਸਲਾਤ ਵਸਲਾਮ ਨਾ ਖਿਤਾਬ ਹੈ ਲਾ ਜਿਸ ਵੇਲੇ ਜਿੰਨਤ ਤੇ ਜਨਾਬ ਕੀ ਕੱਢਿਆ ਗਿਆ ਜ਼ਮੀਨ ਤੇ ਜਿਸ ਵੇਲੇ ਆਏ ਨਾ ਇੱਕ ਖਿੱਤੇ ਦੇ ਇੱਕ ਟੁਕੜੇ ਦੇ ਤੂੰ ਸੁਣਿਆ ਇਹ ਗੱਲ ਆ ਗਈ ਨੇ ਬਈ ਯਾ ਅੱਲਾ ਤੇਰੀ ਤੇ ਮੇਰੀ ਸੀ ਖੂਬ ਨਿਭਦੀ ਜੇ ਨਾ ਤੀਸਰਾ ਕੋਈ ਦਰਮਿਆਨ ਆਉਂਦਾ ਉਹ ਤੀਸਰਾ ਕਿਹੜਾ ਸਾ ਜਿਸ ਦੀ ਪਹਿਲੂ ਅਸਾਂ ਜ਼ੀਲ ਆ ਗਿਆ ਜਾਣਾ ਸਾ ਤਾਂ ਬਾਅਦ ਦੇ ਜੀਤ ਵੀ ਸਾ ਗਿਆ ਜਾਣਾ ਪਿਆ ਇਹ ਉਸ ਤੀਸਰੇ ਦੀ ਗੱਲ ਹੈ ਲੇਕਿਨ ਆਦਮ ਅਲੈਹਿ ਸਲਾਤੁ ਵਸਲਾਮ ਜਿਸ ਵੇਲੇ ਜ਼ਮੀਨ ਤੇ ਆਏ ਹੋਇਆ ਇਸ ਤਰ੍ਹਾਂ ਆ ਬਈ ਜ਼ਮੀਨ ਤੇ ਜਨਾਬ ਕੀ ਉਤਾਰਿਆ ਗਿਆ ਨਾ ਇੰਤਹਾਈ ਸੰਗਲਾਖ ਕਿਸਮ ਦੀ ਜ਼ਮੀਨ ਸੀ ਚਟਾਨ ਵਾਲੀ ਜ਼ਮੀਨ ਸੀ ਨੁਕੀਲੀ ਔਰ ਖਾਰਦਾਰ ਜ਼ਮੀਨ ਸੀ ਜਿਸਨੇ ਮੇਰੇ ਕੋਈ ਸਬਜ਼ਾ ਨਹੀਂ ਸਾ ਇੱਕ ਕਾਇਨ ਅਤੀਲਾ ਵੀ ਨਹੀਂ ਸਾ ਬਿਲਕੁਲ ਖੁਸ਼ਕ ਚਟਾਨ ਕਾਇਨ ਤਾਂ ਹੋਇਆ ਇਹ ਆ ਬਈ ਉਸ ਟੁਕੜੇ ਪਰ ਬਈ ਬਾਅਦ ਰਵਾਇਤਾਂ ਨੇ ਅੰਦਰ ਆ ਕੇ ਸਰਕਾਰ 40 ਸਾਲ ਬੈਦ ਰੋਏ ਮੁਰਾਕਬੇ ਲਿਆ ਲਵੇ ਜੀ ਬਾਅਦ ਰਵਾਇਤਾਂ ਨੇ ਅੰਦਰ ਆ ਕੇ 300 ਸਾਲ ਰੋਏ ਜ਼ਿਆਦਾਤਰ ਮੁਤਫਿਕਲ ਹੈ ਜਿਹੜੀ ਗੱਲ ਹੈ ਉਹ 300 ਸਾਲ ਹੈ ਲੇਕਿਨ ਇੱਕ ਰਵਾਇਤ ਹੈ ਕਿ ਉਸਨੇ ਵੀ 40 ਸਾਲ ਰੋਏ ਉਸਨੇ ਪਰ ਸਾਰੇ ਮਕਾਤਬੇ ਫਿਕਰ ਜਿਹੜੇ ਉਹ ਮੁਤਫਿਕ ਨਹੀਂ ਮੁਤਫਿਕ 300 ਸਾਲ ਬਰੇ ਤੇ 300 ਸਾਲ ਸਰਕਾਰ ਅਸ਼ਕਬਾਰੀ ਨਾਲ ਰੋਏ ਇਤਨਾ ਰੋਏ ਇਤਨਾ ਰੋਏ ਔਰ ਰੋਣਿਓ ਜੁਮਲਾ ਸਿਰਫ ਇੱਕ ਹੀ ਰਿਹਾ ਰੱਬਨਾ ਜ਼ਲਮਨਾ ਅਨਫੁਸਨਾ ਵੈਲਮ ਤਕਫਿਰ ਲਨਾ ਵਤਰਹਮਨਾ ਲਨਕੂਨਨ ਮਿਨਲ ਖਾਸਰੀਨ ਹੈ ਅੱਲਾ ਮੈਂ ਤਾਂ ਆਪਣੀ ਜਾਨੀ ਪਰ ਜ਼ੁਲਮ ਕਰੀ ਬੈਠਾ ਹੁਣ ਤੂੰ ਮੇਰੀ ਮਾਫ ਕਰ ਯਾ ਅੱਲਾ ਮੇਰੇ ਪਰ ਰਹਿਮ ਕਰ ਨਾ ਨਹੀਂ ਤੇ ਮੈਂ ਤਾਂ ਬੜੇ ਖਸਾਰੇ ਵਿੱਚ ਚਲਾ ਗਿਆ ਬੜੇ ਨੁਕਸਾਨ ਵਿੱਚ ਚਲਾ ਗਿਆ ਤੇ 300 ਸਾਲ ਤੋਂ ਬਾਅਦ ਜਿਬਰੀਲੇ ਮੀਨ ਅਸ਼ਨੇ ਦਾ ਆਖਣੇ ਆਦਮ ਅਲੈਹਿ ਸਲਾਤੁ ਵਸਲਾਮ ਹੁਣ ਉੱਠੋ ਅੱਖਾਂ ਖੋਲੀ ਕੇ ਨਾ ਤੇ ਜਿਹੜਾ ਅੱਖਾਂ ਖੁੱਲੀਆਂ ਤੋ ਉਹ ਜਿਹੜੀ ਖਾਰਦਾਰ ਸੰਗਲਾਖ ਕਿਸਮ ਦੀ ਚਟਾਨ ਕਿਸਮ ਦੀ ਜ਼ਮੀਨ ਸੀ ਜਿਸਨੇ ਪਰ ਕੋਈ ਸਬਜ਼ਾ ਨਹੀਂ ਸਾ ਅੱਖਾਂ ਖੁੱਲੀਆਂ ਜਿਹੜਾ ਮਾਹੌਲ ਤੱਕੜੇ ਤੇ ਸਰਕਾਰ ਨੇ ਜਿਸ ਜਗ੍ਹਾ ਬਹਿਣੇ ਜਨਾਬ ਨੇ ਆਂਸੂ ਮੁਬਾਰਕ ਨੇ ਪਾਣੀ ਨਾਲ ਇਤਨੀ
ਕੇ ਸਹਰਾਬੀ ਮਿਲਨੀ ਉਸੇਰੀਏ ਕੀ ਅੱਠ ਅੱਠ ਕੋ ਰਵਾਇਤਾਂ ਨੇ ਅੰਦਰ ਦਰਜ ਹੈ ਕਿ ਅੱਠ ਅੱਠ ਕੋ ਜ਼ੈਤੂਨ ਔਰ ਇੰਜੀਰ ਨੇ ਦਰਖਤ ਪੈਦਾ ਹੋਏ ਜਵਾਨ ਹੋਏ ਸੇ ਦਰਖਤ ਬਣੇ ਸੇ ਜਿਨ੍ਹਾਂ ਦੀ ਫਲ ਲਗਾ ਸਾ ਜਿਹਨੇ ਅੱਖਾਂ ਖੁੱਲੀਆਂ ਤੇ ਮੰਦਰ ਤੱਕ ਗਿਆ ਜਿਹਨੇ ਉਹ ਮੰਦਰ ਸਾਹਮਣੇ ਅੱਖਾਂ ਨੇ ਆਇਆ ਤੇ ਜਿਬਰੀਲ ਅਮੀਨ ਫਰਮਾਇਆ ਆਦਮ ਅਲੈਹਿਸ ਸਲਾਤੁ ਵਸਲਾਮ ਤੁਸਾਂ ਦੀ ਦੁਆ ਕਬੂਲ ਹੋ ਗਈ ਤੁਸਾਂ ਨਾਲ ਇਹ ਰੋਜ਼ਾ ਵੀ ਚਿੱਲਾ ਵੀ ਪੂਰਾ ਹੋ ਗਿਆ ਤੁਸਾਂ ਨਾਲ ਇਹ ਬਹਿ ਕੇ ਰੋਣਾ ਅੱਲਾਹ ਦੇ ਕਬੂਲੋ ਮਨਜ਼ੂਰ ਹੋ ਗਿਆ ਬੜਾ ਅੱਛਾ ਲੱਗਾ ਤੇ ਉਹ ਜਿਸਲੇ ਮੰਜ਼ਰ ਤੱਕ ਗਿਆ ਨਹੀਂ ਨਾ ਸਰ ਸਬਜ਼ ਹਾਲਤ ਨਾ ਜਿੱਧਰ ਨਜ਼ਰ ਮਾਰਨ ਸਬਜ਼ਾ ਹੀ ਸਬਜ਼ਾ ਹੈ ਉਸ ਵੇਲੇ ਜੰਨਤ ਯਾਦ ਆਈ ਕਿ ਜੰਨਤ ਨੇ ਅੰਦਰ ਵੀ ਐਸਾ ਹੀ ਮਾਹੌਲ ਤਾਂ ਬੜੇ ਖੂਬਸੂਰਤ ਅੰਦਾਜ਼ ਨਾਲ ਅਨਵਰ ਫਿਰਾ ਕੁਰੈਸ਼ੀ ਸਾਹਿਬ ਨੇ ਭਾਂਜੇ ਸੇ ਗਜ਼ਨਫਰ ਦੁੱਖੀ ਮਰਹੂਮ ਮਕਬੂਲ ਤਰਕਾਲੀ ਸ਼ਰੀਫ ਵਾਲੇ ਉਹਨਾਂ ਨਸ਼ੇ ਹੈ ਤੁਸੀਂ ਨਜ਼ਰ ਹੈ ਸਰਕਾਰ ਫਰਮਾਨਵੇ ਤਾਂ ਆਪਣੇ ਕਿ ਉੱਥੇ ਬੜੀ ਬਾਹਰ ਛੋੜੀ ਦਾ ਆਇਆ ਸਾਹਿਬ ਜਿਸਨੇ 300 ਸਾਲ ਸੁਬਾਹ ਅੱਖਾਂ ਖੁੱਲੀਆਂ ਦਿੱਤਾ ਵੀ ਮਿਕੀ ਬਾਹਰ ਹੀ ਨੇ ਨਜ਼ਰ ਆ ਰਹੀ ਸਰਕਾਰ ਆਖਣੇ
ਸਰਾਫਤ ਸਾਹਿਬ ਦੱਸਿਆ ਕਿ ਭਾਈ ਆਉਂ ਵੀ ਰਾਜੇ ਰਹਿ ਕੇ ਪੜ੍ਹੀ, ਨਾ ਵੀ ਰਾਜੇ ਰਹਿ ਕੇ ਪੜ੍ਹੀ, ਅੱਗੇ ਪਿੱਛੇ ਦਾ ਸਵਾਲ ਨਹੀਂ ਆਉਣਾ। ਮੁਹੱਬਤ ਹੈ, ਬੜਾ ਪਿਆਰਾ ਖਿਆਲ, ਬੜਾ ਅੱਛਾ ਮਜ਼ਮੂਨ ਸ਼ੁਰੂ ਹੋਇਆ ਔਰ ਇਸ ਸਾਰੀ ਮਹਿਫਲ ਮੇਰੇ ਬੜੇ ਪਿਆਰੇ ਦੋਸਤ ਚੌਧਰੀ ਫਾਰੂਕ ਸਾਹਿਬ ਜਿਹਨਾਂ ਤਲਕ ਚੱਕਿਆ ਨਹੀਂ, ਨਾਲ ਸਾਹਿਬ ਦੀ ਨਜ਼ਰ ਪਈ ਕੈਮਰੇ ਦੀ, ਅਸਾਂ ਨੇ ਵੈਲਕਮ ਆਖਣੇ ਆਪਣੀ ਪਸੰਦੀ ਜਾਣ ਨਾਲ ਔਰ ਮਾੜਾ ਸੰਗੀ ਆ ਸ਼ੁਏਬ ਸ਼ੇਬਾ ਕੋਈ ਸਲਾਹ ਕੇ ਨਾ ਅਕਬਰ ਤਾਲਬ ਬਾਬਾ ਜੀ ਸਾਹਿਬ ਨੇ ਸਰਕਾਰ ਨੇ ਸਮੇਂ ਸਮੇਂ ਪਹਾੜਾਂ ਵਿੱਚ ਕਦਮ ਰੱਖਿਆ
ਸਾਡੇ ਪਧਰੀਏ ਜਨਾਬ ਚੌਧਰੀ ਮੋਹਨ ਗੁੱਜਰ ਔਰ ਚੌਧਰੀ ਸ਼ਾਜ਼ਿਬ ਸਾਹਿਬ ਔਰ ਚੌਧਰੀ ਵਿਸਾਲ ਅਹਿਮਦ ਸਾਹਿਬ ਔਰ ਬਿਲਖਸੂਸ ਬੜੇ ਭਾਈਜਾਨ ਚੌਧਰੀ ਨਵੇਂਦਰ ਸਾਹਿਬ ਇਹਨਾਂ ਦੀ ਖਾਹਿਸ਼ ਮੁਤਾਬਕ ਔਰ ਸਾਡੇ ਭਾਈ ਕਾਰੋਬਾਰੀ ਸਮਾਜੀ ਸ਼ਖਸੀਅਤ ਜਨਾਬ ਆਬਦ ਕਿਆਨੀ ਸਾਹਿਬ ਸ਼ੇਰ ਦੀ ਗਜ਼ਲ ਪਰ ਦੁਖੀ ਮਰੂਮ ਸਰਕਾਰ ਨਾਲ ਲਿਖਿਆ ਸਰਕਾਰ ਫਰਮਾਣੇ ਜਿਸ ਤਰ੍ਹਾਂ ਕਿ ਰਾਜ ਸਾਹਿਬ ਦੱਸਿਆ ਨਾ ਆਬਦ ਰਾਖ ਨੇ ਗੱਲ ਅੱਗਾ ਪਿੱਛੇ ਨੀ ਅਸਲ ਗੱਲ ਇਹੀ ਹੈ ਇਹ ਗੱਲ ਮਾੜੀ ਇਹਨਾਂ ਦੀ ਮੁਹੱਬਤ ਨਹੀਂ ਹੈ ਨਾ ਆਜ ਨੇ ਨਹੀਂ ਆਪਣੀ 35 ਸਾਲ ਦੀ ਮੁਹੱਬਤ ਹੈ ਨਿੱਕੇ ਯਾਦ ਰੱਖਿਆ ਹੈ ਹਮੇਸ਼ਾ ਬੜਿਆਂ ਨੇ ਪਿੱਛੇ ਹੀ ਟੁਰਨੇ ਸੋਹਣੇ ਲੱਗਣੇ ਤੇ ਜਿਹੜੇ ਜਿਹੜੇ ਨਿੱਕੇ ਬੜਿਆਂ ਸੋਖਿਆ ਜਿਹਨਾਂ ਜਿਹਨਾਂ ਵਧਣੇ ਦੀ ਕੋਸ਼ਿਸ਼ ਕੀਤੀ ਉਹ ਨਿੱਕੇ ਜ਼ਲੀਲ ਹੋਏ ਜਿਤਨੇ ਵੀ ਤੁਸੀਂ ਨਿੱਕੇ ਬੈਠੇ ਹੋ ਨਾ ਕੋਸ਼ਿਸ਼ ਕਰਿਆ ਕਰੋ ਬੜਿਆਂ ਨੇ ਕਦਮ ਨੇ ਪਿੱਛੇ ਕਦਮ ਰੱਖਿਆ ਕਰੋ ਅੱਗੇ ਨਾ ਵਧਿਆ ਕਰੋ ਜਿਹੜੇ ਜਿਹੜੇ ਪਿੱਛੇ ਰਹੇ ਉਹ ਕਾਮਯਾਬ ਰਹੇ ਬੜਾ ਖੂਬਸੂਰਤ ਸ਼ੇਰ ਸਰਕਾਰ ਨੇ ਲਿਖਿਆ ਆਦਮ ਅਲੈਹਿਮ ਸਲਾਮ ਜਿਸ ਵੇਲੇ ਅੱਖਾਂ ਖੋਲੀਆਂ ਨਾ ਤਾਂ ਮੰਜ਼ਰ ਲੱਗਿਆ ਨੇ ਪਤਾ ਲੈ ਗਿਆ ਹੁਣ ਦੁਆ ਕਬੂਲ ਹੋ ਗਈ ਹੁਣ ਖੁਸੂਸੀ ਨੇਮ ਹੋ ਗਿਆ ਸੁਣੋ ਭਾਈ ਭੋਲੇ ਨੇ ਨਾਇਨੀਆਂ ਵੀ ਇੱਕ ਵਾਰੀ ਤਾੜੀਆਂ ਬੜੀ ਚਾਪ ਲਾਈ ਭੋਲਾ ਅੱਜ ਬਿਲਕੁਲ ਜਿਹੜਾ ਨਾ ਹੋਟਲ ਖੋਲਿਆ ਅੱਜ ਬਣ ਕੇ ਗੱਲ ਸੁਣੋ ਮਰਦਾਨਾ ਤਾੜੀ ਮਾਰੋ ਵਾਸ ਅੱਛਾ ਨਾ ਇਹਨਾਂ ਦੀ ਕੰਨੇ ਜੁ ਪੈ ਰਹਾ ਜਜ਼ਾਕ ਅੱਲਾ ਜੀ ਅੱਲਾ ਕੇ ਸਾਹਿਬ ਖੈਰ ਦੇ ਜਿਹਨੇ ਵਸਦੇ ਰਿਹੋ ਤੇ ਇਹ ਇੱਕ ਚੀਜ਼ਾਂ ਨਾ ਹੋਰ ਦਾਰ ਮਤਲਬ ਉਹ ਖਾਲੀ ਚਾਹ ਬੜੀ ਟਰਕਾ ਸਾਹਿਬ 500 ਫਰਾਹ ਨੇ ਇੱਕ ਜਾਲ ਇਹਨਾਂ ਨੇ ਸਿਹਰਾ ਮੇਰੇ ਮੌਲਾ
ਗੱਲ ਸੁਣੋ ਸਹੀ, ਮੈਂ ਕੀਤੀ ਗਲਤੀ ਹੈ ਜਿਹੜੀ ਭਾਈ ਭੋਲੇ ਨੇ ਲੈਣੀਆਂ ਤਾੜੀਆਂ ਮਰਵਾਈਆਂ, ਤਾੜੀਆਂ ਮੁੜੀ ਵਾਪਸ ਚਾਹੀਦੀ ਨੂੰ ਝਾੜ ਛੱਡੀ ਹੈ। ਪਿਛਲੀ ਦੋ ਵਾਰ ਠੀਕ ਸੀ, ਇਸ ਵਾਰ ਮੈਂ ਚੈੱਕ ਕੀਤੀ ਬਿਲਕੁਲ ਛੱਡੀ ਹੈ। ਸ਼ੈਤਾਨ ਕੀ ਆਖਦੇ ਅਜ਼ਾਜ਼ੀਲ ਵਾਸਤੇ, ਇਬਲੀਸ ਵਾਸਤੇ ਆਖਦੇ, ਗੱਲ ਸੁਣੋ ਇਬਲੀਸ, ਤੂੰ ਵਾਰ ਉਸ ਵੇਲੇ ਦੀ ਕੀਤੀ ਜਿਸ ਵੇਲੇ ਜੀ ਮੈਂ ਪਲਿਆਰ ਨਹੀਂ ਸਲਾਇਆ, ਹੁਣ ਮੈਂ ਪਲਿਆਰ ਲਾਈ ਗਿਆ। ਮਾੜੀ ਬੜੀ ਇਹ ਦਰਖੇਜ਼ ਹੀ ਹੈ, ਮਾੜੇ ਪੁੱਤਰ ਵੀ ਬੜੀ ਦਰਖੇਜ਼ ਮਾੜੀ ਉਸੀ ਉਹਨਾਂ ਦੀ, ਤਾਂ ਪਲਿਆਰੇ ਦੇ ਅੰਦਰ ਤੂੰ ਵਿਆਹ ਸਕਣਾ, ਜਿਸ ਮਾੜੀ 'ਚ ਪਲਿਆਰ ਲੜਾ ਹੋਇਆ ਮਾਲ ਨਹੀਂ ਪੈਣਾ, ਜਿਹੜੇ ਬਗੈਰ ਪਲਿਆਰੂ ਹੈ ਹਾਂਜੀ ਵਾਹ, ਜਿਹਨਾਂ ਨੇ ਨਵੇਂ ਨਵੇਂ ਖੜੀ ਵਾਰੀ ਠੱਡੀ ਜਾ ਰਹੀਆਂ ਤਾੜੀਆਂ, ਸਰਕਾਰ ਆਖਣੇ ਜਨਾਬ ਆਖਣੇ ਪਏ ਜਿਹੜੀ ਤੂੰ ਮੇਰੇ ਨਾਲ ਜਫਾ ਕੀਤੀ, ਜਫਾ ਤੇਰੀ ਨਾਲ ਮੈਨੂੰ ਇੱਕ ਬੜਾ ਫਾਇਦਾ ਹੋਇਆ ਕਿ ਮੈਂ ਪਲਿਆਰ ਲਾਉਣਾ ਜ਼ਰੂਰੀ ਸਮਝੀ ਗਿਆ, ਇਹ ਜਿਹੜੇ ਹੁਣ ਖੁੱਲੇ ਨਾ ਇਹ ਜਿਹੜੇ ਇਹ ਖੁੱਲੇ, ਇਹਨਾਂ ਖੁੱਲਾਂ ਕਿ ਤੂੰ ਇਬਲੀਸ ਮਸਲੀ ਨਹੀਂ ਸਕਣ ਲੱਗਾ, ਸਰਕਾਰ ਆਖਣੇ
ਅਸਲ ਜਿਸ ਗੱਡੀ ਵਿੱਚ ਅਸਾਂ ਤੁਰਨੇ ਪਏ ਸੀ, ਬੜੀ ਸੋਹਣੀ ਗੱਡੀ ਸੀ। ਸੱਚੀ ਬਾਤ ਹੈ, ਦਿਲ ਕਰਦਾ ਸਾਂ ਉਸ ਗੱਲਾਂ ਵਰਗੂ ਗੱਲ ਪਾ। ਗਜ਼ਲ ਲਈ ਕੀ ਧਾਰ, ਅਸਲ ਗਜ਼ਲ ਨਾ ਕੰਮ ਹੈ ਹਾਰਮੋਨੀਅਮ ਦਾ। ਇਹ ਤੁਸਾਂ ਦੀ ਖਾਹਿਸ਼ ਸੀ ਕਿ ਸਿਰਫ ਸਤਾਰ ਕਰਾਵੇ, ਗਜ਼ਲ ਹਮੇਸ਼ਾ ਹਾਰਮੋਨੀਅਮ ਜਿਹੜਾ ਉਸਨੇ ਵਾਸਤੇ ਉਹ ਜ਼ਰੂਰੀ ਹੋਣਾ। ਜਿਸ ਦਿਨ ਜਿਸ ਮਹਾਫਿਲ ਵਿੱਚ ਹਾਰਮੋਨੀਅਮ ਹੋਇਆ, ਤੁਸਾਂ ਹੋਏ ਹੋ ਜਾਂ ਨਾ ਹੋਏ ਹੋ, ਫਰਮਾਇਸ਼ ਤੁਸਾਂ ਦੀ ਪੂਰੀ ਹੋਈ ਜਾਂਦੀ ਹੈ, ਇਹ ਕਰਜ਼ਾ ਰਹੀ ਗਿਆ ਮਾਣੀ। ਮਰਹੂਮ ਮਖੂਰ ਰਾਜਾ ਇਲਿਆਸ ਸਾਹਿਬ, ਸਾਡੇ ਭਾਈ ਅਬਾਸ ਸਾਹਿਬ, ਉਹਨਾਂ ਦੀ ਯਾਦ ਤਾਜ਼ਾ ਹੋਈ। ਇਸ ਸਿਲਸਿਲੇ 'ਚ ਵੀ ਇਨਸ਼ਾਅੱਲਾ ਦੋ ਚਾਰ ਸ਼ੇਰ ਪੇਸ਼ ਕਰ ਸਾਂ। ਸਾਡੇ ਭਾਈ ਆਸਫ ਸਾਹਿਬ ਦੀ ਖਵਾਇਸ਼ ਹੈ, ਬੜਾ ਖੂਬਸੂਰਤ ਖਿਆਲ ਹੈ, ਜੇ ਕਦੇ ਆ ਖੁਦ ਪੇਸ਼ ਕਰਾਂ। ਬਿਸਮਿਲਲਾ।
ਸਰਮਦ ਮਨਸੂਰ ਵਾਲੋ
ਉਹਨਾਂ ਇਜਾਜ਼ਤ ਨਹੀਂ ਦੇਣਾ ਪਿਆ ਤੇ ਸਾਹਿਬ ਅਸਾਂ ਇੱਕ ਇੱਕ ਬੈਠ ਪੜਸਾ ਇੱਕ ਦੋ ਦੋ ਛੇ ਬੈਠਾ ਕੇ ਬੁਲਾ ਕੇ ਮੇਰੇ ਭਾਈ ਰਾਜਾ ਲਿਆ ਸਾਹਿਬ ਔਰ ਰਾਜਾ ਬਾ ਸਾਹਿਬ ਇਹਨਾਂ ਨਜ਼ਰ ਬੜਾ ਪਿਆਰਾ ਮਿਸਰਾ ਸੀ ਕਿ ਤੁਰ ਚੱਲੇ ਦਿਲਦਾਰ ਦਿਲਾਂ ਦੇ ਕੱਲ ਸਨ ਜਿਹੜੇ ਆਏ ਵਿਛੜ ਚੱਲੇ ਅੱਜ ਫੇਰ ਮੁਹੰਮਦ ਤਰਜ ਕੇ ਨਹੀਂ ਗੱਲ ਆਏ ਉਹਨਾਂ ਮਰਹੂਮਾਂ ਦੀ ਯਾਦ ਔਰ ਸਾਡੇ ਫਨ ਹੈ ਕੋਲ ਸਾਡੇ ਭਾਈ ਸੇ ਅਰਸ਼ਦ ਮਹੂਦ ਉਹਨਾਂ ਨਾਲ ਬੜਾ ਇਸ ਫਨ ਨਾਲ ਮੁਹੱਬਤ ਸੀ ਅੱਲਾਹ ਪਾਕ ਉਹਨਾਂ ਕੋਈ ਜਵਾਰੇ ਨੇ ਮੈਨੂੰ ਜਵਾਬ ਪਤਾ ਫਰਮਾ ਜਿਤਨੇ ਵੀ ਇਸ ਇਲਾਕੇ ਤੋਂ ਸਾਡੇ ਨਾਲ ਦੇ ਫਨਕਾਰ ਤੁਸੀਂ ਕਿਸ ਨੂੰ ਯਾਦ ਤਾਜ਼ਾ ਕਰਨੇ ਆ ਮੈਂ ਤੁਹਾਨੂੰ ਦਰਦਾ ਕਿਸ ਵੇਲਾ ਜੀ ਆਹ ਲਿਆ
ਉੱਚੀ ਮਹਿਫਲ ਮੇਰੇ ਉਸਤਾਦ ਮੋਹਤਰਮ ਰਾਜਾ ਬੋਧ ਸਾਹਿਬ ਔਰ ਮੇਰੇ ਮੋਹਤਰਮ ਹਾਫਜ਼ ਨਾਸਰ ਸਾਹਿਬ ਤੋਂ ਸੁਣਾਈ ਹੈ ਕਿ ਜਿਹਨਾਂ ਜਿਹਨੇ ਕਿਹਾ ਸਹੀ ਹੈ ਇੱਕ ਵਾਰੀ ਇਹ ਨਾਲ ਹੀ ਤਾੜੀਆਂ ਮਾਰ ਛੱਡੋ ਮਾਸ਼ਾਅੱਲਾ ਬੜੀ ਚਾਸਾਈ ਹੈ ਤੁਸੀਂ ਯਕੀਨਨ ਆਈ ਹੈ ਅਸੀਂ ਚੋਰੀ ਸਾਹਿਬ ਵਿੱਚ ਹੁਕਮ ਸਾਈਦਾ ਮਾੜੀ ਗੱਲ ਪੂਰਾ ਕਹੀ ਸਕਦੇ ਫਰਕ ਵੀ ਛੋੜੇ ਜੋ ਸਾਹਿਬ ਕੀ ਗੱਲ ਹੈ ਕਈ ਸ਼ੇਰ ਆਖਰੀ ਮੇਰੀ ਬਿਹਤਰ ਰੰਗੀ ਸੋ ਦੋਸਤਾਂ ਦੀ ਪੇਸ਼ੇ ਨਜ਼ਰ ਕਰਦਾ ਬੜਾ ਖੂਬਸੂਰਤ ਖਿਆਲ ਵਾ ਜੀ ਵਾ
ਕਰਬਲਾ ਨੇ ਦੋ ਅਸ਼ਾਰ ਤੁਸੀਂ ਖਿਦਮਤ ਵਿੱਚ ਪੇਸ਼ ਕਰਸਾ ਤੇ ਸੁਰ ਥੋੜੀ ਜਿਹੀ ਅੱਗੇ ਕਰੂ ਪਹਿਲਾਂ ਸਰਕਾਰ ਫਰਮਾਨੇ ਦਾ ਹਣੇ ਗੱਲ ਹੱਥ ਨਹੀਂ ਹੈ ਲਕੀਰਾਂ ਨਹੀਂ ਸੀ ਤਾਂ ਹੱਥ ਨਹੀਂ ਸੀ ਸਰਕਾਰ ਹਣੇ ਮਾਲਕ ਨੂੰ ਹੁਕਮ ਸਾਹ ਨਫਾ ਰੱਖਿਆ ਨੇ ਇਮਤਾਨ ਸੀ
ਸ਼ੇਰ ਸਾਹਿਬ ਦਾ ਮਿਸਲਾ ਸੀ ਕਿ ਹੁਣ ਸੰਦਾ ਜ਼ੋਰ ਨਾਲ ਲਾਇਆ ਬੈਠੇ ਮਨ ਰਜ਼ਾਈ ਕਰਾਣੀ ਬਾਤ ਪਿਆਸੇ ਤੁਰ ਗਏ ਦੀਨ ਦੁਨੀ ਦੇ ਸਾਈਂ ਬੜਾ ਪਿਆਰਾ ਖਿਆਲ ਬੈਨ ਇਕਬਾਲ ਦਾ ਮਰਦੇ ਕਲੰਦਰ ਸਰਕਾਰ ਨਾਲ ਖੇਡ ਔਰ ਇਸ ਸ਼ੇਰ ਨਾਲ ਸਾੜੀਆਂ ਦੇ ਵਿਦਾ ਵੀ ਗਿਆ ਸੀ ਖੇਰਾ ਹੁਸਾ ਵੀ ਸਨਾ ਤੁਮ ਕੋ ਸਰਕਾਰ ਗੁਰੇ ਸ਼ਾਹ ਤਾਰੀਫ ਕਰਨੇ ਨਿਕਲੇ ਪਏ ਇਹ ਕੀ ਸੋਏ ਮਸਤ
ਅਲਾ ਸੱਲਿ ਅਲਾ ਮੁਹੰਮਦ ਵਾਲਾ ਆਲਿ ਮੁਹੰਮਦ ਵਬਾਰਿਕ ਵਸੱਲਿ। ਯਾਦ ਰੱਖਿਆ ਹੈ ਦਰੂਦੇ ਇਬਰਾਹੀਮੀ ਜਿਹੜਾ ਨਮਾਜ਼ ਦੇ ਅੰਦਰ ਰੱਖਿਆ ਗਿਆ ਨਾ, ਸਿਰਫ ਇਸ ਵਾਸਤੇ ਰੱਖਿਆ ਗਿਆ, ਰੱਖਿਆ ਬਹੁਤ ਪਹਿਲੋਂ ਗਿਆ ਇਸ ਵਾਸਤੇ ਕਿ ਇਸ ਕੁਰਬਾਨੀ ਦੀ ਜਿਹੜੀ ਇਬਤਦਾ ਹੈ ਇਬਰਾਹੀਮ ਅਲੈਹਿਮ ਸਲਾਤੁ ਵਸਲਾਮ ਰੱਖੀ, ਇਸਮਾਈਲ ਅਲੈਹਿਮ ਸਲਾਤੁ ਵਸਲਾਮ ਰੱਖੀ, ਇਸ ਵਾਸਤੇ ਉਹਨਾਂ ਪਰ ਵੀ ਦਰੂਦ ਤੇ ਆਲੇ ਇਬਰਾਹੀਮ ਪਰ ਵੀ ਦਰੂਦ ਤੇ ਬਿਲਖਸੂਸ ਪਹਿਲੂ ਅੱਲਾਹੁਮਮਾ ਸੱਲਿ ਅਲਾ ਮੁਹੰਮਦ ਵਾਲਾ ਆਲੇ ਮੁਹੰਮਦ। ਸਰਕਾਰ ਔਰ ਸਰਕਾਰ ਨਿਆਲ ਦੇ ਪਹਿਲੇ ਦਰੂਦੇ ਪਾਕ ਨਾਲ ਨਜ਼ਰਾਨਾ ਭੇਜਣਾ ਪੈਣਾ ਤਾਂ ਨਮਾਜ਼ ਹੋਣੀ, ਜਿੰਦਾ ਇਹ ਦਰੂਦੇ ਪਾਕ ਵਿੱਚੋਂ ਕੱਢੀ ਛੋੜੋ ਤੇ ਨਮਾਜ਼ ਹੀ ਕੋਈ ਨਹੀਂ ਹੋਣੀ। ਇਸ ਲਈ ਇਹ ਵਜ੍ਹਾ ਹੈ ਅੱਲਾਹ ਪਾਕ ਤੁਸੀਂ ਕਿਸੇ ਸਲਾਮਤੀਆਂ ਦੇਣ, ਮੈਂ ਇੱਕ ਅਰਜ਼ ਕਰਨ ਲਗਾ। ਕੱਲ ਪਰਸੋਂ ਵੀ ਇਸ ਹਵਾਲੇ ਨਾਲ ਕਾਫੀ ਕਲਰ ਬੇਜ ਡਿਸਕਸ ਹੋਈ, ਨੰਬਰਦਾਰ ਅਰਸ਼ਦ ਸਾਹਿਬ ਆਏ ਨਾਰੇ ਦੋ, ਉਹਨਾਂ ਦੱਸਿਆ ਕਿ ਸਾਡਾ ਇਸ ਸਿਲਸਿਲੇ ਵਿੱਚ ਤੁਸੀਂ ਆਪ ਸਭ ਸਾਥ ਦਿਓ ਕਿ ਇੱਕ ਤਾਂ ਖਾਲਸ ਸ਼ੇਰਖਾਨੀ ਨੇ ਪ੍ਰੋਗਰਾਮ ਹੋਣਾ, ਦੂਸਰਾ ਸਾਰ ਔਰ ਘੜੇ ਪਰ ਸ਼ੇਰਖਾਨੀ ਨੇ ਪ੍ਰੋਗਰਾਮ ਹੋਣ, ਜ਼ਿਆਦਾਤਰ ਕੋਸ਼ਿਸ਼ ਹੀ ਕਰੋ ਜਿਹੜਾ ਜੈਨੂਅਨ ਯਾਨੀ ਕੰਮ ਹੈ ਉਹ ਕੀਤਾ ਜਾਏ। ਤੀਸਰੀ ਇਹ ਬਾਤ ਕਿ ਜਿਤਨੇ ਗਰੀਬ ਤਬਕੇ ਨੇ ਲੋਕ ਇਹ ਉਹਨਾਂ ਦੀਆਂ ਖਾਹਿਸ਼ਾਂ ਸੀਨੇ ਨੇ ਅੰਦਰ ਦਫ਼ਨ ਨਹੀਂ ਹੋਈਆਂ, ਸਿਰਫ ਇਸ ਮਾਲੋ ਜ਼ਰ ਦੀ ਵਜ੍ਹਾ ਤੋਂ। ਬਸ ਸਾਊਂਡ ਕਿਸ ਤਰ੍ਹਾਂ ਲੱਗਦੀ, ਸਟੇਜ ਕਿਸ ਤਰ੍ਹਾਂ ਬਣਦੀ, ਆਡੀਅੰਸ ਨੇ ਬਹਿਣੇ ਦੀ ਜਗ੍ਹਾ ਕਿਸ ਤਰ੍ਹਾਂ ਬਣਦੀ, ਬੜੀ ਮੁਸ਼ਕਲਾਂ ਹੋਣੀ। ਮੈਂ ਹਾਫਿਜ਼ ਨਾਸਰ ਇਸ ਚੀਜ਼ ਨਾਲ ਅੱਜ ਐਲਾਨ ਕਰਨਾ, ਮੈਂ ਜਿਤਨੇ ਗਰੀਬ ਤਬਕੇ ਨੇ ਲੋਕ ਕਿਉਂਕਿ ਮੈਂ ਖੁਦ ਗਰੀਬ ਹਾਂ ਤੇ ਮੇਰੀ ਗਰੀਬਾਂ ਨਾਲ ਹੀ ਹਮਦਰਦੀ ਹੋ ਸੀ, ਉਹ ਮਹਿਫਿਲ ਨਾ ਸਿਰਫ ਅਰੇਂਜ ਕਰਨ ਬਹਿਣੇ ਨਹੀਂ, ਇਸ ਤਰ੍ਹਾਂ ਮਹਿਫਿਲ ਸਮਾਂ ਦੀ ਜਿਹੜੀ ਬਹਿਣੇ ਦੀ ਜਗ੍ਹਾ ਹੈ ਇਸ ਤਰ੍ਹਾਂ ਦੀ ਜਗ੍ਹਾ ਬਣਾਉਣ, ਇਨਸ਼ਾਅੱਲਾ ਹਰ ਗਰੀਬ ਦੋਸਤ ਦੀ ਖੁਸ਼ੀ ਵਿੱਚ ਸ਼ਾਮਿਲ ਹੋਣਾ ਇਸ ਤਰ੍ਹਾਂ ਮੈਂ ਤਿਆਰ ਹਾਂ। ਔਰ ਕੋਈ ਰਿਕੁਆਇਰਮੈਂਟ ਨਹੀਂ, ਕੋਈ ਕਿਸਾ ਕਿਸਮ ਨਹੀਂ ਤੁਸਾਂ ਕੋਲ, ਕੋਈ ਅਸਾਂ ਯਾਨੀ ਮੁਆਵਜ਼ੇ ਦੀ ਤਲਬ ਨਾ ਕਰਨ ਲੱਗੇਗੀ, ਇਸ ਲਈ ਬਦਲੇ ਵਿੱਚ ਅਸਾਂ ਕਿ ਤੁਸਾਂ ਵੀ ਕਿਸ ਦਿਓ ਇਨਸ਼ਾ ਅੱਲਾਹ ਬਫਜ਼ਲੇ ਖੁਦਾ ਇਸ ਸ਼ੇਰਖਾਨੀ ਕੀ ਇੱਕ ਮਰਤਬਾ ਅਸਾਂ ਕੋਸ਼ਿਸ਼ ਕਰ ਸਕੇ ਫਿਰ ਇਸਕੀ ਫਰੋਗ ਮਿਲਾ, ਫਿਰ ਇਸਕੀ ਉਰੂਜ ਮਿਲਾ, ਜਿਸ ਤਰ੍ਹਾਂ ਕਿ ਸਾਡੇ ਜਿਤਨੇ ਬਜ਼ੁਰਗ ਅਸਲਾਫ ਲੋਕ ਹੋਏ ਉਹਨਾਂ ਇਸ ਨੇ ਪਰ ਮਿਹਨਤ ਕਰੀ ਤਾਂ ਅਸਾਂ ਤੱਕ ਇੱਥੇ ਸਟੇਜ ਪਰ ਅਸਾਂ ਕੀ ਪਹੁੰਚਾਇਆ, ਤਾਂ ਸਾਡਾ ਵੀ ਕੋਈ ਹੱਕ ਬਣਨਾ ਕਿ ਅਸਾਂ ਆਪਣਾ ਹਿੱਸਾ ਇਸ ਦੇ ਵਿੱਚ ਪਾਈ ਜਾਈਏ। ਦੂਸਰੀ ਬਾਤ ਸਾਈਂ ਸਦੀਕ ਮਰਹੂਮ ਸਰਕਾਰ ਫਰਮਾਇਆ ਸੀ ਕਿ ਐਨ ਲਾਮ ਤੇ ਯੇ ਕਿਆ ਬਣ ਗਿਆ, ਐਨ ਲਾਮ ਯੇ ਕਿਆ ਬਣਿਆ, ਅਲੀ ਯੇ ਤੇ ਦੋ ਨੁਕਤੇ, ਐਨ ਔਰ ਲਾਮ ਦਾ ਨੁਕਤਾ ਕੋਈ ਨਹੀਂ, ਯੇ ਨੇ ਦੋ ਨੁਕਤੇ ਵੀ, ਕੁੱਲ ਕਿਤਨੇ ਹੋਈਏ, ਐਨ ਲਾਮ ਯੇ ਤ੍ਰੈ ਤੇ ਦੋ ਨੁਕਤੇ ਕਿਤਨੇ, ਪੰਜ, ਐਨ ਲਾਮ ਤੇ ਯੇ ਦੇ ਦੋ ਨੁਕਤੇ ਗਿਣਤੀ ਵਿੱਚ ਹਿਸਾਬ ਦੇ ਪੰਜ ਬਣ ਗਏ, ਤਿੰਨੇ ਮੁਜੱਸਮ ਦੋ ਨੁਕਤਿਆਂ ਵਿੱਚ ਨੂਰ ਆਲੀ ਜਨਾਬ ਦੇ ਪੰਜ ਬਣ ਗਏ, ਔਰ ਪੰਜੇ ਰੁਕਨ ਇਸਲਾਮੀ ਕਾਨੂੰਨ ਵਿੱਚ ਨੇ, ਹਰਫ ਮੀਮ ਮਹਿਰਾਬ ਦੇ ਪੰਜ ਬਣ ਗਏ, ਅਲਿਫ ਲਾਮ ਤੇ ਮੀਮ ਸਦੀਕ ਸਾਈਆਂ ਉਮਰ ਕਸਾਮਤ ਕਿਤਾਬ ਦੇ ਪੰਜ ਬਣ ਗਏ, ਸ਼ੇਰ ਅਰਜ਼ ਕੀਤਾ ਸੀ ਕਿ ਕਿਸ ਮਸਤ ਦੀ ਅੱਜ ਬਾਰਾਤ ਆਈ, ਆਹਣੇ ਹੁਣ ਭੇਜਣੇ ਸ਼ਹਿਰ ਖਮੋਸ਼ਾਂ ਵਿੱਚ, ਕਿਸ ਮਸਤ ਦੀ ਅੱਜ ਬਾਰਾਤ ਆਈ ਪਿਆ ਸ਼ਹਿਰ ਖਮੋਸ਼ਾਂ ਵਿੱਚ, ਸ਼ੋਰ ਕਿਉਂ ਹੈ ਅੰਜੂ ਕਿਸ
ਦੇ ਬਣ ਗਏ ਫੁੱਲ ਚੜੀਆਂ, ਉਹ ਫੁੱਲਾਂ ਹਾਰ ਸਜਾਈ ਬਰਗੋਰ ਕਿਉਂ ਹੈ? ਆਲਮ ਹੂ ਵਿੱਚ ਕਿਉਂ ਸਰ ਮਸਤ ਰਹਿੰਦੇ? ਹਰ ਇੱਕ ਮਰਦੇ ਕਲੰਦਰ ਮੂੰਹ ਜ਼ੋਰ ਕਿਉਂ ਹੈ? ਸਾਈਆਂ ਕਿਸ ਨੂੰ ਸ਼ਰੀਅਤ ਦਾ ਤਾਜ ਮਿਲਿਆ? ਅੱਜ ਯਜ਼ੀਦ ਸ਼ਰੀਅਤ ਦਾ ਚੋਰ ਕਿਉਂ ਹੈ? ਸਵਾਲ ਹੈ, ਇਸ ਦਾ ਜਵਾਬ ਦੇਣੇ ਪਏ ਮਜ਼ਲੂਮ ਸਾਹਿਬ ਸਰਕਾਰ ਸਰਕਾਰ ਆਖਣੇ ਕਲੰਦਰ
ਦੀ ਤਰਫੋਂ ਬੜਾ ਖੂਬਸੂਰਤ ਸ਼ੇਰ ਸਰਕਾਰ ਫਰਮਾਨੇ ਤਾਂ ਆਖਣੇ ਯਾਰ ਜ਼ਿੰਦਾ ਸੋਬਤ ਬਾਕੀ।